Hey guys, welcome back to my YouTube channel Cooking with Harman. आज आपने नाल जी हेल्प कराऊंगे जेडी। हेलो जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। क्योंकि जी आज ਆਪਾਂ ਨੂੰ ਟੈਮੂ ਨੇ ਬਹੁਤ ਸਾਰਾ ਸਮਾਨ ਭੇਜਿਆ। ਉਹਦੇ ਵਿੱਚ ਜਿਹੜੀ ਫਰਸਟ ਆਈਟਮ ਭੇਜੀ ਉਹ ਹੈਗੇ ਜੀ ਕਾਫੀ ਮਸ਼ੀਨ। ਸੋ ਜਿਹਦੇ ਨਾਲ ਆਪਾਂ ਕਾਫੀ ਬਣਾ ਸਕਦੇ ਹਾਂ। ਜੇਡੀ ਬਹੁਤ ਹੀ ਜ਼ਿਆਦਾ ਸ਼ਕੀਨ ਆ ਕਾਫੀ ਦਾ। ਸੋ ਜੇਡੀ ਨੂੰ ਦੱਸਣਾ ਕਿ ਇਹ ਮਸ਼ੀਨ ਚੱਲਦੀ ਕਿੱਦਾਂ। ਐਂਡ ਮੈਂ ਤੁਹਾਨੂੰ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਹੀ ਦੱਸ ਦਵਾਂ ਕਿ ਟੈਮੂ ਤੇ ਬਹੁਤ ਸਾਰੀ ਪ੍ਰੋਮੋਸ਼ਨਲ ਸੇਲ ਚੱਲਦੀ ਪਈ ਆ। ਆਲਰੇਡੀ ਬਹੁਤ ਜ਼ਿਆਦਾ ਆਫ ਚੱਲਦਾ ਪਿਆ। $100 ਆਫ ਤੁਸੀਂ ਸਾਰੇ ਜਣੇ ਲੈ ਸਕਦੇ ਹੋ। $100 ਦੇ ਫ੍ਰੀ ਕੂਪਨ ਚੱਲਦੇ ਪਏ ਆ। ਤੁਸੀਂ ਮੇਰੀ ਡਿਸਕ੍ਰਿਪਸ਼ਨ 'ਚ ਦੇਖ ਸਕਦੇ ਹੋ ਕਿ ਤੁਸੀਂ ਉਹਦੇ ਲਈ ਕਿੱਦਾਂ ਅਪਲਾਈ ਕਰ ਸਕਦੇ ਹੋ। ਤੇ ਤੁਹਾਨੂੰ ਸਾਰਿਆਂ ਨੂੰ $100 ਫ੍ਰੀ ਦੇ ਵਿੱਚ ਮਿਲਣਾ, ਠੀਕ ਹੈ ਜੀ। ਐਂਡ ਹੁਣ ਇਹ ਜਿਹੜੀ ਮਸ਼ੀਨ ਹੈ ਆਪਾਂ ਫ੍ਰੀ ਦੇ ਵਿੱਚ ਆਈ ਹੈ ਤੇ ਬੜੇ ਆਪਾਂ ਐਕਸਾਈਟਿਡ ਆ ਤੇ ਦੇਖਦੇ ਹਾਂ ਹੁਣ ਖੋਲ ਕੇ ਕਿ ਕਿਵੇਂ ਚੱਲਦੀ ਹੈ। ਅਸੀਂ ਇੱਕ ਵਾਰੀ ਆਲਰੇਡੀ ਟਰਾਈ ਕਰਕੇ ਦੇਖ ਲਿਆ ਆ ਤੇ ਬਾਕੀ ਜੇਡੀ ਨੇ ਸਮਝਾਉਣਾ ਤੁਹਾਨੂੰ। ਓਕੇ ਵੀ ਆਪਾਂ ਪਹਿਲਾਂ ਮਸ਼ੀਨ ਆਈ ਸੀ ਇਹ ਆਪਾਂ ਡੱਬਾ ਖੋਲ ਕੇ ਇੱਕ ਵਾਰੀ ਕਾਫੀ ਅਸੀਂ ਬਣਾ ਲਈ ਆ। ਬਹੁਤ ਵਧੀਆ ਬਣੀ ਸੀ, ਮੰਮੀ ਨੇ ਪੀ ਲਈ ਆ, ਮੈਂ ਵੀ ਪੀ ਲਈ ਥੋੜੀ ਥੋੜੀ। ਤੇ ਇਹਦੇ ਨਾਲ ਇੱਕ ਬੁੱਕ ਵੀ ਆਈ ਸੀਗੀ ਇਨਸਟਰਕਸ਼ਨ ਵਾਲੀ, ਉਹਨੂੰ ਮੈਂ ਰੀਡ ਕਰਕੇ ਪ੍ਰੋਪਰਲੀ ਸਾਰਾ ਕੁਝ ਟਰਾਈ ਕੀਤਾ ਚਲਾਉਣ ਦਾ, ਪੂਰੀ ਵਧੀਆ ਚੱਲੀ ਆ। ਤੇ ਤੁਹਾਨੂੰ ਮੈਂ ਹੁਣ ਦੱਸਦਾ ਵੀ ਇਹਦਾ ਕੀ ਹੈਗਾ ਸਿਸਟਮ, ਕਿਵੇਂ ਕਿਵੇਂ ਹੈਗਾ। ਇੱਕ ਇਹਦੇ ਨਾਲ ਇੱਕ ਆਇਆ ਚਮਚਾ, ਆਇਆ ਨਾਲ ਸਪੂਨ, ਤੇ ਆਹ ਪਿਛਲੀ ਪਾਸੇ ਜਿਵੇਂ ਆ ਵਿੱਚ ਨੱਪਣ ਨੂੰ ਹੁੰਦੀ ਆ। ਆਹ ਹੈਗੇ ਆ ਜਿਹੜੇ ਮਤਲਬ ਨਾਮ ਤਾਂ ਮੈਨੂੰ ਇੰਗਲਿਸ਼ ਦਾ ਪਤਾ ਨਹੀਂ, ਇੱਕ ਪਛਾਣੀਆਂ ਜਿਹੀਆਂ ਹਨਾ, ਜਿਹਦੇ ਵਿੱਚ ਦੀ ਕਾਫੀ ਪੁਣੀ ਜਾਂਦੀ ਆ। ਦੋ ਆਈਆਂ, ਦੋ ਸਾਈਜ਼ ਦੀਆਂ, ਇੱਕ ਛੋਟੀ ਇੱਕ ਵੱਡੀ, ਠੀਕ ਆ। ਤੇ ਇੱਕ ਆਹ ਚੀਜ਼ ਆਈ ਆ, ਇਹ ਬਸ ਜਿਵੇਂ ਰਿਮੂਵੇਬਲ ਆ, ਥੱਲੇ ਕਲੀਨ ਕਰਨ ਵਾਸਤੇ ਹਨਾ, ਰਿਮੂਵ ਹੋ ਜਾਂਦੀ ਹੈ, ਇਹਦੇ ਥੱਲੇ ਲੱਗ ਜਾਂਦੀ ਹੈ। ਜੇ ਕੋਈ ਛੋਟਾ ਵਾ ਕੱਪ ਤਾਂ ਇਹਦੇ ਚ ਰੱਖਿਆ ਜਾਂਦਾ, ਨਹੀਂ ਉਹਨੂੰ ਕੱਢ ਲਈਂਦੇ ਤੇ ਵੱਡਾ ਵੀ ਰੱਖ ਸਕਦੇ ਆ। ਐਂਡ ਮਸ਼ੀਨ ਦਾ ਨਾਮ ਤੁਸੀਂ ਜ਼ਰੂਰ ਦੇਖ ਲਓ, AEOMJK, ਠੀਕ ਹੈ ਜੀ। ਸੋ ਸਾਰੇ ਫੰਕਸ਼ਨ ਆ ਤੇ ਬਹੁਤ ਸੋਹਣੀ ਵੀ ਲੱਗਦੀ ਆ, ਤੁਸੀਂ ਘਰੇ ਆਪਣੇ ਕਾਊਂਟਰ ਤੇ ਰੱਖ ਸਕਦੇ ਆ। ਮੈਨੂੰ ਬਹੁਤ ਸੋਹਣੀ ਲੱਗੀ। ਤੇ ਇਹ ਚੱਲਦੀ ਕਿੱਦਾਂ ਉਹ ਜਿਹੜੀ ਨੇ ਦੱਸਣਾ ਤੁਹਾਨੂੰ, ਸਾਰੀਆਂ ਚੀਜ਼ਾਂ ਐਕਸਪਲੇਨ ਤਾਂ ਕਰ ਦਿੱਤੀਆਂ ਨੇ ਇੱਕ ਵਾਰੀ। ਇਹਦੇ ਵਿੱਚ ਆਪਾਂ ਪਾਣੀ ਪਾ ਕੇ ਰੱਖ ਲਏ ਬੋਇਲ ਹੋਣਾ। ਇਹ ਦੇਖੋ ਐ ਰਿਮੂਵ ਹੁੰਦਾ ਤਾਂ ਉਹਨੂੰ ਚੱਕ ਕੇ ਇਦਾਂ ਰਿਮੂਵ ਕਰ ਸਕਦੇ ਹੋ। ਇਹ ਰਿਮੂਵ ਹੁੰਦਾ ਤੇ ਇਹਦੇ ਚ ਆਪਾਂ ਤੁਸੀਂ ਪਾਣੀ ਫੁੱਲ ਕਰ ਲੈਣਾ, ਫੁੱਲ ਕਰਕੇ ਉਹਨੂੰ ਬੰਦ ਕਰਕੇ ਫੇਰ ਇਹਨੂੰ ਪੂਰਾ ਸਿੱਧਾ ਸਿੱਧਾ ਲੱਗਦਾ, ਇਹਦਾ ਸਿੱਧਾ ਸਿੱਧਾ ਪੂਰਾ ਸਿੱਧਾ ਸਿੱਧਾ ਲਾਤਾ। ਲਾ ਕੇ ਆਪਾਂ ਇਹਨੂੰ ਪਲੱਗ ਵੀ ਲਗਾਤਾ ਹਨਾ। ਹਾਂ ਯਾ, ਪਲੱਗ ਲਾ ਦੇਣਾ ਤੇ ਆਪਣਾ ਇਹਦਾ ਪਹਿਲਾ ਬਟਨ ਆ ਔਨ ਨੱਪਣਾ। ਔਨ ਨੱਪਣਾ, ਔਨ ਨੱਪ ਕੇ ਆਪਾਂ ਥੋੜੀ ਜਿਹੀ ਵੇਟ ਕਰਾਂਗੇ। ਵੇਟ ਕਰਕੇ ਮੈਨੂੰ ਲੱਗਦਾ ਆ ਦੋ ਜਿਹੜੀਆਂ 1 ਕੱਪ ਤੇ 2 ਕੱਪ ਵਾਸਤੇ ਆ, ਹਾਂਜੀ, ਇਹ ਬਲਿੰਕ ਕਰਨਗੀਆਂ ਵੀ ਹੀਟ ਕਰਦਾ ਪਿਆ ਪਾਣੀ ਨੂੰ ਹਨਾ ਸਿਸਟਮ ਸਾਰਾ। ਹਾਂਜੀ, ਇਹ ਜਦੋਂ ਬਲਿੰਕ ਹੋਣੋਂ ਹਟ ਗਈਆਂ ਤੇ ਉਦੋਂ ਪਤਾ ਵੀ ਆਪਣਾ ਵੀ ਪਾਣੀ ਗਰਮ ਹੋ ਗਿਆ, ਆਪਾਂ ਹੁਣ ਪੋਰ ਕਰ ਸਕਦੇ ਹਾਂ। ਤੇ ਉਹਨਾਂ ਚਿਰ ਆਪਾਂ ਇਹਨੂੰ ਜਿਵੇਂ ਇਹਦੇ ਵਿੱਚ ਜਿਹੜੀ ਵੀ ਕਾਫੀ ਪਾਉਣੀ ਹੈ, ਜਿਵੇਂ ਆਪਾਂ ਇੱਥੇ ਨੈਸਕੇ ਹਨਾ, ਜਿਵੇਂ ਆਪਾਂ ਨੈਸਕੇ ਆ ਫੇਰ ਹਨਾ, ਇਹਦੇ ਵਿੱਚ ਇੰਡੀਅਨ ਸਟਾਈਲ ਹੈਗੀ ਆਪਣੀ। ਸੋ ਜਿਵੇਂ ਆਪਾਂ ਕੋਈ ਵੀ ਕਾਫੀ ਲੈ ਲਓ, ਜਿਹੜੀ ਮਰਜ਼ੀ, ਤੇ ਜਿਵੇਂ ਮੈਨੂੰ ਲੱਗਦਾ ਚਾਹ ਪੱਤੀ ਵੀ ਸ਼ਾਇਦ ਪੈ ਜਾਵੇ ਕਿ ਨਹੀਂ, ਜਿਵੇਂ ਜਿਹੜੀ ਮਰਜ਼ੀ ਕਾਫੀ ਲੈ ਲਓ, ਐ ਚਮਚਾ ਜਿਹੜਾ ਵੀ ਜਿੰਨਾ ਜਿੰਨੀ ਕੁ ਵੀ ਪਾਉਣੀ ਆ ਹਨਾ। ਸੋ ਆਪਾਂ ਇਹਦੇ ਵਿਆਹ ਵਾਲੀ ਕਾਫੀ ਬਣਾਉਂਦੇ ਇੰਡੀ, ਹਾਂ ਇੰਡੀ ਵਾਲੇ ਵਿਆਹ ਵਾਲੀ ਬਣਾ ਕੇ ਦੇਖੀ ਸੀ ਆਪਾਂ, ਜਿਹੜੀ ਪ੍ਰੋਪਰ ਜਿਹਨਾਂ ਫੁਹਾਰਾ ਜਾਂ ਮਾਰਦੇ ਹੁੰਦੇ ਆ ਭਾਫ ਜੀ, ਉਹ ਵੀ ਹੈਗੀ ਇਹਦੇ ਚ ਸਿਸਟਮ। ਓਕੇ ਓਕੇ ਓਕੇ, ਆਪਾਂ ਇਹ ਪਾ ਲੈਣੀ ਆ। ਆ ਸਪੂਨ ਨਾਲ ਵੀ ਕੱਢ ਸਕਦੇ, ਚਲੋ ਆਪਣਾ ਸਪੂਨ ਵਿੱਚ ਪਿਆ ਸੀ, ਇਧਰਲਾ ਪਾਸਾ ਤੁਹਾਨੂੰ ਦੱਸਿਆ, ਜਿਵੇਂ ਇਹਨੂੰ ਆਪਾਂ ਪ੍ਰੋਪਰਲੀ ਨੱਪ ਦੇਣਾ ਵਿੱਚੋਂ, ਇਹਦਾ ਨੱਪ ਦੇਣਾ ਜਿੱਦਾਂ ਆਪਾਂ ਕਹਿੰਦੇ ਹਾਂ, ਜਿਵੇਂ ਪਲੇਨ ਜੀ ਕਰ ਦੇਣੀ ਆ, ਠੀਕ ਹੈ ਜੀ। ਸਿੱਖ ਲਓ ਹਰਮਨ, ਤੂੰ ਵੀ ਸਿੱਖ ਲੈ, ਫਿਰ ਤੂੰ ਹੀ ਬਣਾ ਕੇ ਜਾ ਕਰਨੀ ਹੁੰਦੀ ਹਨਾ। ਤੇ ਆਪਾਂ ਇਹਨੂੰ ਨੱਪ ਕੇ, ਤੇ ਫਰੈਂਡ ਬਾਹਰ ਆਏ ਖੜੇ ਆ, ਉਹਨਾਂ ਨੂੰ ਨਾ ਪਿਲਾ ਦੀ ਕਾਫੀ। ਆਹੋ, ਉਹਨਾਂ ਨੂੰ ਤਾਂ ਵੇਟ ਕਰੀ ਜਾਂਦੇ ਆ, ਉਹ ਕਾਫੀ ਪੀਣਗੇ ਇਸ ਵੇਲੇ, ਉਹ ਕੀ ਪੀਣਗੇ ਫਿਰ ਦੱਸ। ਓਕੇ, ਸੋ ਐਂ ਇਹ ਤਾਂ ਸਾਈਡ ਤੋਂ ਲੱਗਦਾ ਹੈ ਟੇਢਾ ਹੋ ਕੇ, ਹਾਂਜੀ, ਯਾ ਟੇਢਾ ਹੋ ਕੇ ਪੂਰਾ ਇਹ ਇੱਥੇ ਸਿੱਧਾ ਹੋ ਜਾਂਦਾ। ਓਕੇ, ਉਹਨੇ ਚਿਰ ਚ ਆਪਣਾ ਜਿਹੜਾ ਤੁਹਾਨੂੰ ਦੱਸਿਆ ਸੀ ਆ ਬਲਿੰਕ ਕਰਨ ਨੂੰ ਹਟ ਜਾਣਗੇ ਹਨਾ। ਓਕੇ, ਤੇ ਆਪਾਂ ਇਹਦੇ ਵਿੱਚ ਥੱਲੇ ਰੱਖਣਾ ਕੱਪ, ਆਪਣੇ ਕੱਪ ਥੋੜੇ ਵੱਡੇ ਸੀ ਤਾਂ ਹੀ ਆਪਾਂ ਥੱਲੇ ਰੱਖਣਾ ਨਹੀਂ ਹੈਗਾ। ਓਕੇ ਜੀ, ਕੱਪ ਆਪਾਂ ਛੋਟਾ ਵੀ ਰੱਖ ਸਕਦੇ ਹਾਂ, ਇਸ ਥੱਲੇ ਕੱਪ ਰੱਖਿਆ, ਜਿੰਨੇ ਜਿੰਨਾ ਵੀ ਆਪਾਂ ਪੋਰ ਕਰਨਾ, ਇੱਕ ਕੱਪ ਵਾਸਤੇ, ਦੋ ਕੱਪ ਵਾਸਤੇ, ਇੱਕ ਨੱਪ ਦੇਣਾ। ਓਕੇ ਜੀ, ਪਾਣੀ ਗਰਮ ਹੋ ਗਿਆ ਸੀ, ਗਰਮ ਨਹੀਂ, ਹਾਂ ਪਾਣੀ ਗਰਮ ਹੋ ਗਿਆ ਸੀ ਆ, ਥੋੜੀ ਮਤਲਬ ਸੋਲਿਡ ਸੋਲਿਡ ਜੀ ਥਾਂ ਤੇ ਰੱਖਣ ਵਾਲੀ ਆ। ਓਕੇ, ਆ ਵੀ ਕਾਫੀ ਆਉਣ ਲੱਗ ਗਈ ਇੱਥੋਂ ਹਣਾ, ਪੂਰੀ ਡਾਰਕ ਆ, ਹਾਂ ਜਿੰਨੀ ਵੀ ਡਾਰਕ ਹੋ ਸਕਦੀ ਹੈ ਨਾ। ਅਰੇ ਸਾਰੇ ਕੱਪ ਆ ਜੋ ਇਹਨੂੰ ਪੂਰੀ ਭਰ ਜੂ ਕੱਪ ਹੈ, ਹਾਂ ਕੱਪ, ਜਿਵੇਂ ਸਿੰਗਲ ਕੱਪ ਜਾਂ ਡਬਲ ਕੱਪ ਜਿਹੜਾ ਮਰਜ਼ੀ ਨੱਪ ਲਓ, ਪਰ ਆਪਣਾ ਕੱਪ ਬਹੁਤ ਵੱਡਾ ਵਾ, ਆਪਾਂ ਡਬਲ ਹੀ ਨੱਪਿਆ ਵਾ, ਡਬਲ ਨੱਪਤਾ, ਠੀਕ ਆ। ਪਹਿਲਾਂ ਡਾਰਕ ਨਿਕਲਿਆ ਸੀ ਫਿਰ ਲਾਈਟ ਜਿਹਾ ਹਨਾ, ਹਾਂ ਫਿਰ ਹੁਣ ਜਿਹੜੀ ਕਾਫੀ ਸੀਗੀ ਉਹਦੇ ਵਿੱਚ ਉਹ ਖੁਰ ਗਈ ਹੋਣੀ, ਹੁਣ ਤਾਂ ਫਿਰ ਕੱਲਾ ਗਰਮ ਪਾਣੀ ਪੈਂਦਾ, ਗਰਮ ਪਾਣੀ ਪੈਂਦਾ ਹਨਾ। ਇਹ ਵਾਲੀ ਕਾਫੀ ਮੈਨੂੰ ਲੱਗਦਾ ਮੰਮੀ ਸਾਰੀ ਡਿਸੋਲਵ ਹੋ ਜਾਂਦੀ ਆ ਆਪਣੀ ਨੈਸਕੈਫੇ ਲਈ ਜਿਹੜੀ, ਪਰ ਮੈਨੂੰ ਲੱਗਦਾ ਜਿਹੜੀ ਦੂਜੀ ਹੁੰਦੀਆਂ ਨਾ ਆਮ ਕਾਫੀਆਂ ਉਹ ਡਿਸੋਲਵ ਨਹੀਂ ਹੁੰਦੀਆਂ, ਆ ਛਾਨਣੀ ਦੇ ਵਿੱਚ ਰਹਿ ਜਾਂਦੀਆਂ। ਜਿਵੇਂ ਮੈਂ ਪਹਿਲਾਂ ਨਾ ਜਦੋਂ ਕੀਤੀ ਇਹਦੇ ਵਿੱਚ ਸਾਰੀ ਡਿਸੋਲਵ ਹੋ ਗਈ, ਮੈਂ ਜਦੋਂ ਸਾਫ਼ ਕੀਤਾ ਬਸ ਕੱਲਾ ਮਤਲਬ ਰੰਗ ਜਿਹਾ ਹੀ ਲੱਗਿਆ ਸੀ, ਰੰਗ ਜਿਹਾ ਹੀ ਸੀਗਾ ਸਾਰਾ ਹੋ ਗਿਆ ਹਨਾ। ਓਕੇ, ਆਪਣਾ ਦੇਖੋ ਹੁਣ ਥੱਲੇ ਥੋੜੇ ਤਾਂ ਹੀ ਵੇਤ ਜਾ ਲੱਗਾ ਹੋਵੇ ਵਧੀਆ, ਕਿਉਂਕਿ ਥੋੜੇ ਜਿਹਾ ਜਿਵੇਂ ਡ੍ਰੌਪ ਡਿੱਗੀ ਜਾਂਦੇ ਹਨਾ, ਇਹਨੂੰ ਕਾਫੀ ਥੱਲੇ ਖਰਾਬ ਹੋ ਜਾਣਾ ਹਨਾ। ਆਪਾਂ ਇਹਨੂੰ ਰੱਖ ਦਿੰਦੇ ਹਾਂ ਫਿਰ, ਜਾਂ ਦੂਜਾ ਕੱਪ ਰੱਖ ਦਿੰਦੇ ਹਾਂ, ਦੂਜਾ ਕੱਪ ਰੱਖ। ਓਕੇ, ਇਹ ਰੱਖ
ਤੇ ਕਰਮਾ ਕਿਉਂਕਿ ਅਸੀਂ ਪਹਿਲਾਂ ਮਸ਼ੀਨ ਟੈਸਟ ਕਰਕੇ ਦੇਖੀ ਸੀਗੀ ਕਿ ਕਿਵੇਂ ਚੱਲਦੀ ਆ ਸਾਨੂੰ ਆਏ ਸੀ ਅਸੀਂ ਤੁਹਾਡੇ ਨਾਲ ਆਨੈਸਟ ਰਿਵਿਊ ਦਈਏ ਕਿ ਟੈਮੋ ਦੇ ਪ੍ਰੋਡਕਟਸ ਵਧੀਆ ਹੈਗੇ ਵੀ ਆ ਜਾਂ ਨਹੀਂ ਪਰ ਇਹ ਸਭ ਨੂੰ ਵਰਥ ਇਟ ਲੱਗੀ ਨਾ ਜਿਹੜੀ ਬਹੁਤ ਸਵਾਦ ਬਣੀ ਬਹੁਤ ਕੰਮ ਦੀ ਚੀਜ਼ ਆ ਤੇ ਜਿਵੇਂ ਆਪਾਂ ਹੁਣ ਬਸ ਇਹਦੇ ਜਿੰਨੀ ਆਪਾਂ ਖੰਡ ਪਾਉਣੀ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਖੰਡ ਤੇ ਜਿਹੜਾ ਆਪਣਾ ਦੁੱਧ ਹੁੰਦਾ ਉਹ ਪਾਸੇ ਹੁੰਦਾ ਜਾਂ ਕਰੀਮ ਪਾਉਣੀ ਹੈ ਜਿਹਨੇ ਵੀ ਹਨਾ ਖੰਡ ਤੇ ਕਰੀਮ ਜਾਂ ਆਪਣਾ ਮਿਲਕ ਆਪਦੀ ਜਿੰਨਾ ਮਰਜ਼ੀ ਦਾ ਬੰਦਾ ਪਾਉਂਦਾ ਜਿਵੇਂ ਇੱਕ ਸ਼ੂਗਰ ਪਾਉਂਦਾ ਦੋ ਚੁਗਾ ਇੱਕ ਚਮਚਾ ਦੋ ਚਮਚੇ ਹਨਾ ਤੇ ਉਨੀ ਪਾਣੀ ਹਰਮਨ ਤਾਂ ਬਹੁਤ ਪੀਂਦੀ ਹੈ ਤਿੰਨ ਚਮਚੇ ਪਾਉਣੇ ਪੈਣੇ ਮੈਂ ਪੀਂਦੀ ਹੋ ਨਹੀਂ ਮੈਂ ਉਹ ਜਾਣਦੀ ਨਹੀਂ ਮਿੱਠਾ ਬਹੁਤ ਪੀਂਦੀ ਹੈ ਮੈਂ ਪੀਂਦੀ ਨਹੀਂ ਪਰ ਹਨਾ ਸੋ ਇੱਕ ਤਾਂ ਇਹ ਇਹਦਾ ਜਿਵੇਂ ਸਿਸਟਮ ਦੇ ਵਿੱਚ ਮੈਨੂੰ ਜਿੱਥੋਂ ਤੱਕ ਆਪਾਂ ਨੂੰ ਲੱਗਿਆ ਵੀ ਜਿਵੇਂ ਇਹ ਯੂਜ਼ ਕਰਨੀ ਹੈ ਹਨਾ ਇੱਕ ਤਾਂ ਇਹ ਆ ਇੱਕ ਹੈਗਾ ਵਾ ਉਹ ਦੂਜਾ ਸਿਸਟਮ ਆ ਉਹ ਆਪਣਾ ਇਧਰੋਂ ਚੱਲਦਾ ਹਨਾ ਇਹਦੇ ਵਿੱਚ ਜਿਵੇਂ ਆਪਾਂ ਆਪਦਾ ਸਾਰਾ ਕੁਝ ਸਿਸਟਮ ਸਾਰਾ ਕੁਝ ਜਿਵੇਂ ਪਾ ਲੈਣਾ ਹੁਣ ਮੈਂ ਆਪਾਂ ਪਾਉਂਦੇ ਨਹੀਂ ਹੈਗੇ ਵੈਸੇ ਹਨਾ ਵੀ ਇਹਦੇ ਵਿੱਚ ਆਪਾਂ ਦੁੱਧ ਪਾ ਲਿਆ ਜਿੰਨਾ ਕੁ ਪਾਣ ਦੁੱਧ ਇਕੱਲਾ ਪਾ ਲਿਆ ਤੇ ਸ਼ੂਗਰ ਪਾਲੀ ਤੇ ਆਪਣੀ ਕੌਫੀ ਵੀ ਪਾ ਲਈ ਹਨਾ ਕੌਫੀ ਸਾਰਾ ਕੁਝ ਪਾ ਕੇ ਹਨਾ ਜੋ ਜਿਵੇਂ ਆਪਣੇ ਇੰਡੀਆ ਨਹੀਂ ਵਿਆਹਾਂ ਦੇ ਵਿੱਚ ਮੈਨੂੰ ਤਾਂ ਯਾਦ ਆ ਬਸ ਉਹ ਜਿਵੇਂ ਆਪਣੇ ਚਾਹ ਪਿਆਉਂਦੇ ਹੁੰਦੇ ਸੀਗੇ ਕੌਫੀ ਉਹ ਛਰਾਟਾ ਜਾਂ ਮਾਰ ਕੇ ਝੁਰ ਝੁਰ ਜਿਹੇ ਬਣਾਉਂਦੇ ਹੁੰਦੇ ਸੀ ਸੋ ਇਹਦੇ ਵਿੱਚ ਆ ਲੱਗਿਆ ਇਹਦੇ ਵਿੱਚ ਇਹ ਸਟੀਮ ਵਾਲਾ ਸਿਸਟਮ ਆ ਹਨਾ ਸੋ ਇਧਰੋਂ ਇੱਕ ਬਟਨ ਆ ਇੱਥੇ ਸਟੀਮ ਵਾਲਾ ਹਾਂਜੀ ਹਾਂਜੀ ਲਾਸਟ ਵਾਲਾ ਬਟਨ ਆ ਜਿਹੜਾ ਹਨਾ ਉਹ ਨੱਪ ਦੇਣਾ ਠੀਕ ਆ ਹੁਣ ਆਵੇ ਹਜੇ ਬਲਿੰਕ ਕਰਦਾ ਵੀ ਸਟੀਮ ਬਣਦੀ ਪਈ ਹੈ ਬਣਦੀ ਪਈ ਹੈ ਸਟੀਮ ਹਾਂ ਜਿਵੇਂ ਪਹਿਲਾਂ ਬਟਨ ਬਲਿੰਕ ਕਰਦੇ ਸੀ ਵੀ ਕੱਪ ਵਾਸਤੇ ਪਾਣੀ ਗਰਮ ਹੁੰਦਾ ਪਿਆ ਉਵੇਂ ਹੀ ਹੁਣ ਸਟੀਮ ਵਾਲਾ ਬਲਿੰਕ ਕਰਦਾ ਵੀ ਸਟੀਮ ਬਣਦੀ ਪਈ ਹੈ ਜੀ ਹੁਣ ਆਪਾਂ ਇਹਦੇ ਵਿੱਚ ਤੁਹਾਨੂੰ ਦਿਖਾਈ ਦਿੰਨੇ ਆ ਕਿ ਕਿਵੇਂ ਸਟੀਮ ਬਣਦੀ ਹੈ ਕੋਈ ਤੁਹਾਨੂੰ ਪਤਾ ਲੱਗ ਜੂ ਜੇ ਤੁਸੀਂ ਬਾਏ ਕਰਨੀ ਹੋਈ ਤੁਸੀਂ ਜ਼ਰੂਰ ਬਾਏ ਕਰਕੇ ਦੇਖਿਓ ਆਪਾਂ ਤੁਹਾਨੂੰ ਦੁੱਧ ਪਾ ਕੇ ਦਿਖਾ ਦਿੰਨੇ ਆ ਜਿਹੜੀ ਦੂਜੇ ਕੱਪ 'ਚ ਪਾਣੀ ਦੂਜੇ 'ਚ ਪਾਣੀ ਹਨਾ ਵੀ ਪਾਣੀ ਭਰਿਆ ਵਾ ਆ ਰਿਹਾ ਕੱਪ ਹੈਗਾ ਹਾਂ ਇਹ ਪਾ ਕੇ ਸਾਰਾ ਕੁਝ ਇੰਨੀ ਬਾਅਦ ਹੁਣ ਤੇਰੇ ਡੈਡੀ ਜੀ ਨੂੰ ਬੁਲਾ ਲਾਂਗੇ ਅਸੀਂ ਵੀ ਜਾਗੇ ਆਪਣੀ ਸਟੀਮ ਬਣ ਗਈ ਸੀ ਤੇ ਇਧਰ ਆ ਜਿਹੜਾ ਲਾਸਟ ਵਾਲਾ ਬਲਿੰਕ ਵੀ ਕਰਨ ਹਟ ਗਿਆ ਸੋ ਇੱਥੇ ਆਪਾਂ ਦੇਖਣਾ ਵੀ ਕਿੰਨੀ ਸਟੀਮ ਰੱਖਣੀ ਆ ਤੇਜ਼ ਹਨਾ ਇਹਨੂੰ ਆਪਾਂ ਵਿੱਚ ਡਿਪ ਕਰ ਲੈਣਾ ਹਾਂਜੀ ਡਿਪ ਕਰਕੇ ਤੇ ਸਟੀਮ ਚਲਾਉਣੀ ਆ ਚਲਾਣਾ ਕੀ ਚੱਲੂਗੀ ਆਵੇ ਓਹ ਬਬਲਸ ਵੀ ਬਣ ਲੱਗੇ ਨਾ ਆਵੇ ਆਵਾਜ਼ ਵੀ ਹੁੰਦੀ ਉਹੀ ਜਾਂ ਨਾਲੇ ਤਾਂ ਇਹ ਆਪਾਂ ਨੂੰ ਜਿਵੇਂ ਆਪਣਾ ਤਾਂ ਹੁਣ ਚਲੋ ਫ੍ਰਿਜ ਚੋਂ ਦੁੱਧ ਕੱਢਿਆ ਵਾ ਸ਼ਾਇਦ ਨਹੀਂ ਵੀ ਥੋੜਾ ਜਿਹਾ ਜਿਵੇਂ ਪਹਿਲਾਂ ਕੱਢ ਦੇਵੇ ਹਨਾ ਇੱਕ ਤਾਂ ਖੰਡ ਵੀ ਖੋਰ ਦਿੰਦਾ ਸਾਰਾ ਕੁਝ ਖੋਰ ਦਿੰਦਾ ਚਲੋ ਆਪਾਂ ਆਏ ਸੀਗਾ ਹਨਾ ਪਹਿਲਾਂ ਪਾ ਲੈਂਦੇ ਤੇ ਬਸ ਇੰਨਾ ਹੀ ਕੰਮ ਆ ਬਾਕੀ ਜਦੋਂ ਜਦੋਂ ਮਸ਼ੀਨ ਲਿਆਉਣੀ ਆ ਉਦੋਂ ਕਹਿੰਦੇ ਆ ਵੀ ਇਹਨੂੰ ਇੱਕ ਵਾਰੀ ਇਕੱਲੇ ਪਾਣੀ ਨਾਲ ਚਲਾਓ ਸਾਰਾ ਪਾਣੀ ਨਾਲ ਚਲਾਓ ਹਾਂ ਦੋ ਤਿੰਨ ਵਾਰੀ ਵਿੱਚੋਂ ਜਿਹੜਾ ਵੀ ਮਾੜਾ ਮੋਟਾ ਜੇ ਕੋਈ ਘਟਾ ਫੈਕਟਰੀ ਚ ਮਾੜਾ ਮੋਟਾ ਮਿੱਟੀ ਘਟਾ ਜਾਂ ਕੁਝ ਵੀ ਉਹ ਸਾਫ਼ ਨਿਕਲ ਜਾਂਦਾ ਸਾਰਾ ਆਪਾਂ ਪਹਿਲਾਂ ਇੱਕ ਵਾਰੀ ਚਲਾਤਾ ਸੀ ਆਲਰੇਡੀ ਪਾਣੀ ਚ ਪਾ ਕੇ ਫਿਰ ਆਪਾਂ ਆਪਣੀ ਕਾਫੀ ਬਣਾ ਲਈ ਵਾ ਇੰਨਾ ਕੁ ਸਮਾਨ ਆਇਆ ਇਹਦੇ ਨਾਲ ਆਹ ਤੇ ਆ ਬੱਸਾ ਚਮਚਾ ਜਿਹੜਾ ਤੁਹਾਨੂੰ ਦੱਸਿਆ ਇਹਦੇ ਨੱਪਣ ਨੂੰ ਤੇ ਬਾਕੀ ਓਕੇ ਆ ਹੁਣ ਇਹਦੇ ਚ ਖੰਡ ਪਾ ਕੇ ਆਪਾਂ ਡੈਡੀ ਨੂੰ ਪਿਆਵਾਂਗੇ ਦੁੱਧ ਹਾਂ ਤੇ ਗਾ ਉਹਨੂੰ ਦੇਖ ਕਰਮ ਕਿੰਨਾ ਹੋ ਗਿਆ ਰੋਟੇਟ ਕਰਕੇ ਤੁਸੀਂ ਇਹਨੂੰ ਵਰਤ ਸਕਦੇ ਹੋ ਐਂਡ ਇਹ ਹੈਗੀ ਸੀ ਸੈਕਿੰਡ ਆਈਟਮ
थर्ड आइटम जी है जी वो हैगा जी इदा सो ये बहुत देखा होना रेफ्रिजरेटर रख सकते हो ये हर्ब्स रखने खराब नहीं होंगे धनिया पा के रखना मम्मी जिम्मे इतो हवा लगती रही बंद करके खराब हो जाता बैक तैयार है ला देना सॉरी ये फसा देना ठीक है जी। सो ये ला सकते हो अपने फ्रिज रखना थोड़ा धनिया खराब नहीं होगा सो एक वीक रख सकते हैं क्योंकि कई बार आप धनिया नवा ही लैके आने अगले दिन खराब हो जाता सो सारे चीजा रख सकते हैं फ्रिज पिया भी बहुत ज्यादा जचता ठीक है जी। सो ये प्रोडक्ट मैं बहुत ज्यादा वधिया लग्या सीगा इदा ठीक है जी। सो इदा इन बंद कर सकते हो तो बहुत ही वधिया लगता ठीक है जी। एंड एक ये आया जी आप एयर फ्रायर ठीक है जी ये बहुत वधिया आया अपने को ऑलरेडी एक पहला भी है निंजा जिदे दो ने यह अपने मंगवाया सिंगल वाला ठीक है जी। कई बार आप इन्ना वड्डा खराब करने की लोड़ नहीं होंगी सी एक कल्ले वाला भी मतलब कि यूज कर सकते हो ये वाला निंजा ना। सो ये असं मंगवाया जे मतलब कि कहीं किसी कल्ले नूं भुख लगी कल्ला जना भी खा सकता जो पहला वाला निंजा वो ज्यादा वड्डा आ उहदे विच दो ने वैसे वधिया आया सी एक वाला वैजी दे लई यूज कर लैने एक नॉन वैजी दे लई पर इह तुसीं देखो किन्ना सोहणा इहदे विच कलर भी होर हैगे सी मैनूं ब्लैक सोहणा लग्या ब्लैक ज्यादा सोहणा लगदा इदां पिया काउंटर ते इदां तुसीं इहनूं ऑन कर सकदे हो इत्थों इह ऑन हुंदा आ जिवें टैंपरेचर सैट कर सकदे हो सारा कुछ जिवें ऑन हो गया इत्थों ऑन कर लिया जिवें 350 डिग्री टैंपरेचर इतों अप हुंदा टैंपरेचर 400 इतों तुसीं घटा सकते हो ठीक है जी। प्री हीट इतों हुंदा आ इहदे विच कोई भी तुसीं फ्राइज वगैरह ला के कोई भी चिकन नगट्स जां कुछ भी तुसीं लगाउणा आ समान ओह इहदे विच लगा सकते हो इतों तुसीं ऑन कर देना ठीक है जी। ए सॉरी इतों तुसीं स्टार्ट कर देना देखो स्टार्ट होने लग गया प्री हीट से ठीक है जी। सो इदा स्टार्ट करना बहुत ही ईजी है सो ये भी तुसी जरूर मंगवा के देखियो तो नाले थानू $100 के कूपन के बीच इन्हें मंगवा सकते हो तो बहुत सोहनिया चीज़ा है गाइस तो सोहनिया भी लगदिया ने तो मजबूत भी बहुत ने तो आप कह दें कि ऑनलाइन चीज़ा किवें वधिया होणगियां जां नहीं होणगियां पर आपां बहुत ज़्यादा वधिया चीज़ आई है जी। गाइस इहदा पता की एक होर फायदा भी है जदों आपां कोई भी फ्राइज पईआं ने अपने घर कोई भी फ्रीजर का समान पे आपां नूं तलना पैंदा है ना कितना टाइम लगता सो तुसीं एयर फ्रायर दे विच की हुंदा बहुत ही क्विकली तुसीं 5 to 10 मिनट दे विच अपने फ्राइज हो गया पीज़ा गर्म करना तुसीं जो भी चीज़ा गर्म करदे हो ईजीली कर सकते हो ठीक है जी। यह प्रोडक्ट लग्या मैनूं टैमू तो सो जिहड़ी तुसीं चीज़ा घर दे लई मंगवा सकते हो मैं तुहाडे नाल अज सिर्फ उही शेयर कर रही हाँ। सो ये सारी चीज़ा बहुत ही हेल्पफुल हैगे ने देख सकते हो तुसीं मोस्टली इलेक्ट्रॉनिक्स के मैं मंगवाया से एक एयर फ्रायर एंड एक कॉफी वाली मशीन ठीक है जी। ये घर के यूज के लिए है नॉर्मल एंड एक मैं निकी जी चीज़ होर मंगवाई सी साडा माइक्रो वाला जो माइक्रो के कवर कर फूड कवर कर ट्रे जी रखते होंने वो अपनी ना टुट गई सी मतलब प्लास्टिक जो पिघल गया से उन्होंने आई थिंक असं पॉपकॉर्न लाते थे करके मैं एक इदा का फूड कवर मंगवाया देखो तुम कि सोहना इन तुम फोल्ड भी कर सकते हो ये जो माइक्रो के आप कोई भी फूड गर्म करना वो उपर कवर करदा कोई भी चीज़ तुम उदा यूज कर सकते हो एज अ ट्रे तुम यूज कर सकते हो ठीक है जी। इनू तुम इदा बंद भी कर सकते हो इदा ठीक है जी इदा सो ये बहुत ही वधिया स्पेस भी घट रोकता सो तुम ये भी मंगवा सकते हो बहुत ही चीप सीगा मैं थोड़े ना फोटो भी ऐड कर दूंगी हर एक चीज़ की एंड आइटम कोड भी मैनशन कर दूंगी सो तुम उतों बाय कर सकते हो ठीक है जी। गाइस आपां नूं इहनां ने इदां दा ब्लैंकेट भेजा सीगा सो मैं वैसे ही ऑर्डर करके इको देखा सीगा कि इहनां दी क्वालिटी चैक कर लां पर मैनूं इदां नहीं आपां कह सकते पूरे 100 to 100 नंबर नहीं दे सकते मैनूं ठीक ठीक जिहा लग्या सो ये इदां दा ब्लैंकेट सीगा ठीक है जी। उदों सोहणा बहुत आ क्वालिटी भी आ सॉफ्ट भी आ वधिया भी आ पर इदा नहीं आप कह सकते जेडे आप इन स्टोर जाके ब्लैंकेट्स लैंदे आ उन्ना ज्यादा वधिया नहीं आप कह सकते पर उदा तुसीं जिवें काम चला सकते हो जिवें अपना सोफे के उपर बैठ के इन्हों लैके सो उदा आ ठीक है जी। सो मतलब कि वधिया आ सॉफ्ट वैसे बहुत आ सो उदा तुसीं यूज कर सकते हो देखो ये भी सोहना आ इहदे विच कलर्स होर भी काफ़ी हैगे सीगे ते पर जिदा प्राइस के अकॉर्डिंग ठीक है जिन्ने आप पैसे खर्चे वो अकॉर्डिंग ठीक है ठीक है जी। मैं ये रिकमेंड करूँगी कि तुम इन स्टोर तो जाके बाय कर लो तो ज़्यादा वधिया गल आ ते वो ज़्यादा वधिया लगते होंगे क्योंकि थोड़ा जा होर कपड़ा होंगे ये थोड़े जे हल्के दे विच आ गया सो हल्के दे विच आन करके मैं तां लगदा कि यह थोड़ा जा जिवें आप कह दे ना क्वालिटी वाइज ठीक ठीक जी आ सारा समान ऑर्डर कर सकते हो देखो ये सारा समान अपना पिया मैं काउंटर के उपर रख दिता है सो इन्हां दे विच जो भी तुहानूं आइटम वधिया लगदे तुसीं उह चीज़ ऑर्डर कर सकते हो। सो सारे जिहड़े लिंक हैगे उह डिस्क्रिप्शन दे विच मैनशन किए हुए तुसीं कोई भी चीज़ उत्थों बाय कर सकते हो एंड मेरा डिस्काउंट कोड यूज करना ना भुल्लियो उहदे नाल तुहानूं एक्सट्रा ऑफ भी मिल जाना सारे चीज़ों के जिहड़ियां मैं फोटोज़ ऐड कीतियां ने आइटम कोड ऐड कीते तुसीं उहनां नूं चंगी तरह देख सकते हो एंड उत्थों बाय कर सकते हो। ओके जी बाय बाय गाइज़।